ਨਵਜੀਤ ਕੌਰ ਸੈਣੀ ਜਿਹੜੇ ਕਿ ਕੈਨੇਡਾ ਸੋਰੀ ਨਵਜੋਤ ਕੌਰ ਸੈਣੀ ਜਿਹੜੇ ਕਿ ਕੈਨੇਡਾ ਤੋਂ ਸਾਡੇ ਕੋਲ ਕੁਝ ਦਿਨ ਪਹਿਲਾਂ ਆਏ ਸੀ ਸੋ ਨਵਜੋਤ ਜੀ ਕੀ ਹਾਲ ਤੁਹਾਡਾ ਆਮ ਪਰਫੈਕਟਲੀ ਫਾਈਨ So, what was your weight when you came to Sarigol? It was 120. 120 point something, yeah. Kilos. Aaj main dekha after 10 days, aaj se stitch removal hi aaya, 5 kilo loose kar liya. So, aap kitna liya tha 10 din ki journey ki mein rahi hai? It was perfectly fine, mainu koi problem nahi aayi surgery to baad, khaan peen de vich bhi koi problem nahi aayi, although diet kafi kat gayi hai, but overall it's very good experience. So, now you are going back in few days, hai na, wapas ja rahe ho. Yeah, ki karde tusi utthe? ਮੈਂ ਕਨਵੀਨੀਅੰਸ ਸਟੋਰ ਰਨ ਕਰਦੀ ਹਾਂ ਇਟਸ ਅ ਪ੍ਰਾਈਵੇਟ ਕਨਵੀਨੀਅੰਸ ਸਟੋਰ ਨਾਟ ਅ ਫਰੈਂਚਾਈਜ਼ ਓਕੇ ਇਟਸ ਇਨ ਐਪਸਪੋਰ ਵੈਰੀ ਫੇਮਸ ਰੈਡ ਐਪਲ ਫੂਡ ਸਟੋਰ ਰੈਡ ਐਪਲ ਫੂਡ ਸਟੋਰ ਬਹੁਤ ਮੰਨਿਆ ਹੋਇਆ ਸਟੋਰ ਹੈ ਉੱਥੇ ਓਕੇ एवरीवन ਨੋਸ ਅਬਾਊਟ ਦਾ ਸਟੋਰ ਯਾ ਸੋ ਨਾਓ ਯੂ ਵਿਲ ਵਰਕ ਵਿਦ ਮੋਰ એનર્ਜੀ ਹੋਪਫੁਲੀ ਸੋ ਥੈਂਕ ਯੂ ਫॉर ਚੂਜ਼ਿੰਗ ਅਸ ਤੇ ਨਾਓ ਯੂ ਆਰ ਗੁੱਡ ਟੂ ਗੋ ਹਾਂਜੀ ਤੇ ਜੇ ਤੁਹਾਡਾ ਕੋਈ ਐਪਟ ਸਪੋਰਟਸ ਕੋਈ ਕੈਰੇਡੀਅਨ ਨਾਓ ਕੋਈ ਐਕਸਪੀਰੀਅੰਸ ਲੈਣਾ ਚਾਹੇ ਜਾਂ ਤੁਹਾਡੇ ਸਾਡੇ ਵਿਊਜ਼ ਲੈਣਾ ਚਾਹੇ ਤੇ ਕੋਈ ਕੋਈ ਸਾਡੇ ਐਡਵਾਈਸ ਅਸੀਂ ਕੁਝ ਹੋਰ ਇੰਪਰੂਵ ਕਰੀਏ ਫॉर द ਪੇਸ਼ੈਂਟ ਜਿਹੜੇ ਬਾਹਰੋਂ ਆਉਂਦੇ ਹੈ ਡੂ ਯੂ ਹੈਵ ਐਨੀਥਿੰਗ ਟੂ ਸੇ ਨੋ ਆਈ ਹੈਵ ਨਥਿੰਗ ਟੂ ਸੇ ਇਟਸ ਅ ਵੈਰੀ ਗੁੱਡ ਹਸਪੀਟਲ ਆਈ ਵੁੱਡ ਰეკਮੈਂਡ ਟੂ ਮੋਸਟ ਆਫ ਦ ਕਸਟਮਰ ਟੂ ਕਮ ਟੂ ਦਿਸ ਹਸਪੀਟਲ ਫॉर देयर ਬਾਇਓਟ੍ਰਿਕ ਸਰਜਰੀ ਸਟਾਫ ਇਜ਼ ਵੈਰੀ ਹੈਲਪਫੁਲ ਵੈਰੀ ਗੁੱਡ ਸਟਾਫ ਯੂ ਹੈਵ ਗਾਟ ਇਟ ਸੋ ਬਿਨਾ ਕਿਸੇ ਨੂੰ ਪੁੱਛੇ ਯੂ ਆਰ ਮੋਸਟ ਵੈਲਕਮ ਟੂ ਦਿਸ ਹਸਪੀਟਲ ਸੋ ਥੈਂਕ ਯੂ ਸੋ ਮਚ ਐਂਡ ਤੁਹਾਡੀ ਫੈਮਿਲੀ ਚ ਹੁਣ ਮੈਰਿਜ ਵੀ ਹੈ ਹਾਂਜੀ ਤਾਂ ਤੁਸੀਂ ਕੱਪੜੇ ਨਾਲ ਨਵੇਂ ਬਣਾਏ ਮੈਂ ਜਰੂਰ ਮਿਲਿਆ ਥੈਂਕ ਯੂ ਸੋ ਮਚ ਥੈਂਕ ਯੂ